ਜੀ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹਰਜਿੰਦਰ ਗਿੱਲ 쇼1350 एएम ਤੇ ਮੰਡੇ ਟੂ ਫਰਡੇ ਦੁਪਹਿਰੇ 2 ਤੋਂ 5 ਵਜੇ ਤੱਕ ਹਾਜ਼ਰ ਹੋਈਦਾ ਤੇ ਵੈਲਕਮ ਟੂ ਕੈਨੇਡਾ ਸਾਡਾ ਵਿਸ਼ੇਸ਼ ਸੈਗਮੈਂਟ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ CWC ਇਮੀਗ੍ਰੇਸ਼ਨ ਜਾਣਿਆ ਪਛਾਣਿਆ ਨਾਮ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਐਕਸਪਰਟ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਇਹਨਾਂ ਨੂੰ ਤੁਸੀਂ ਵਿਜ਼ਿਟ ਕਰਨਾ ਹੋਵੇ ਤਾਂ ਹੈੱਡ ਆਫਿਸ ਹੈ ਇੱਥੇ ਬ੍ਰੈਂਟਨ ਦੇ ਵਿੱਚ ਸਟੀਲਜ਼ ਐਂਡ ਟੌਰਮਨ ਦੇ ਕੋਰਨਰ ਦੇ ਉੱਪਰ CWC ਇਮੀਗ੍ਰੇਸ਼ਨ ਬਹੁਤ ਆਸਾਨੀ ਦੇ ਨਾਲ ਤੁਸੀਂ ਗੂਗਲ ਸਰਚ ਕਰਕੇ ਜਾਂ ਇਹ 9056704444905670444 ਗੁਰਪ੍ਰੀਤ ਖੈਰਾ ਹੋਂਾਂ ਦੇ ਨਾਲ ਗੱਲ ਕਰਨ ਦੇ ਲਈ ਫੋਨ ਨੰਬਰ ਹੁੰਦਾ ਹੈ ਸੋ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਅਤੇ ਸਾਰੇ ਸਰੋਤਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸੋ ਜਨੂਰੀ 11 ਅੱਜ ਤੇ ਅੱਜ ਇੰਟਰਨੈਸ਼ਨਲ ਥੈਂਕ ਯੂ ਡੇ ਹੈ ਸੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਨੇ ਲੰਬੇ ਸਮੇਂ ਤੋਂ ਸਾਡੀ ਟੀਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਬਤੌਰ ਸਪான்ਸਰ ਵੀ ਬਤੌਰ ਇੱਕ ਦੋਸਤ ਵੀ ਇੱਕ ਪ੍ਰੋਫੈਸ਼ਨਲ ਦੇ ਤੌਰ ਦੇ ਉੱਤੇ ਵੀ ਸਾਡੀ ਕਈ ਤਰ੍ਹਾਂ ਦੀ ਔਨ 에ਅਰ ਆਫ ਏਅਰ ਕਾਫੀ ਤਰ੍ਹਾਂ ਸਾਰੀਆਂ ਸੋ ਤੁਹਾਡਾ ਧੰਨਵਾਦ ਪਹਿਲਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਆਪ ਜੀ ਦਾ ਵੀ ਧੰਨਵਾਦ ਜੀ ਮੇਰੀ ਆਵਾਜ਼ ਸਰੋਤੇ ਤੱਕ ਪਹੁੰਚਾਉਣ ਲਈ ਜੀ ਸ਼ੁਕਰੀਆ ਸਰ ਤੇ ਇੱਕ ਮੈਨੂੰ ਲੱਗਦਾ ਕਿ ਹਰ ਸਿਮਰਨ ਤੇ ਕਮਲਦੀਪ ਜੀ ਜਾਂ ਸਾਡੇ ਬਾਕੀ ਸਰੋਤੇ ਵੀ ਸਹਿਮਤ ਹੋਣਗੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਤੁਸੀਂ ਇੱਕ ਕੜੀ ਬਣਦੇ ਹੋ ਇੱਕ ਇੱਕ ਜ਼ਰੀਆ ਬਣਦੇ ਹੋ ਇੱਕ ਸੋਰਸ ਬਣਦੇ ਹੋ ਬਹੁਤ ਸਾਰੇ ਪਰਿਵਾਰਾਂ ਦੀ ਜਿਹੜੀ ਆਪਸ ਦੇ ਵਿੱਚ ਰੀਯੂਨੀਅਨ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਚਾਹੇ ਉਹ ਮਾਪੇ ਨੇ ਬੱਚੇ ਨੇ ਸਪਾਊਸ ਨੇ ਜਾਂ ਦੋਸਤ ਮਿੱਤਰ ਨੇ ਕਿਸੇ ਵੀ ਤਰੀਕੇ ਦੇ ਨਾਲ ਤੇ ਤੁਹਾਡਾ ਜਿਹੜਾ profession ਹੈ ਉਸ profession ਦਾ ਵੀ ਸਾਰੇ ਜਣੇ ਧੰਨਵਾਦ ਕਰਨਾ ਚਾਹੁੰਦੇ ਹਾਂਗੇ ਕਿਉਂਕਿ ਇਮੀਗ੍ਰੇਸ਼ਨ ਜਦੋਂ ਕੈਨੇਡਾ ਦਾ ਜ਼ਿਕਰ ਹੁੰਦਾ ਤਾਂ ਇਮੀਗ੍ਰੇਸ਼ਨ ਇਸ ਵਨ ਆਫ ਦਾ ਕੀ ਇੱਕ ਇਹੋ ਜਿਹਾ ਐਲੀਮੈਂਟ ਤੇ ਇਹੋ ਜਿਹਾ ਡਿਪਾਰਟਮੈਂਟ ਹੈ ਜਿਹੜਾ ਕੈਨੇਡਾ ਨੂੰ ਦੁਨੀਆ ਭਰ ਦੇ ਵਿੱਚ ਮੋਰੀ ਬਣਾਉਂਦਾ ਬਿਲਕੁਲ ਜੀ ਤੇ ਸਾਡਾ ਤਾਂ CRS ਦਾ ਸ਼ੁਰੂ ਤੋਂ ਮੋਟੋ ਹੀ ਇਹੀ ਹੈ ਜੀ ਬ੍ਰਿੰਗਿੰਗ ਫੈਮਲੀਆਂ ਟੁਗੇਦਰ ਯੈਸ ਵੈਰੀ ਗੁੱਡ ਸੋ ਇਹਦੇ ਲਈ ਇੱਕ ਵਾਰ ਫਿਰ ਧੰਨਵਾਦ ਕਰਦੇ ਹੋਏ ਤੇ ਅੱਜ ਤੀਸਰੀ ਗੱਲਬਾਤ ਨੂੰ ਕਰੀਏ ਵੀ ਪਹਿਲਾਂ ਤਾਂ ਜਿਹੜੇ ਸਾਡੇ ਸਰੋਤੇ ਹੋਣਗੇ ਕਿਉਂਕਿ ਕੱਲ ਸ਼ਾਇਦ ਡਰਾ ਆਇਆ ਆਪਣਾ CRS ਦਾ ਡਰਾ ਸੋ ਦੱਸੋ ਥੋੜਾ ਜਿਹਾ ਉਹਦੇ ਬਾਰੇ ਕੀ ਅਪਡੇਟ ਹੈ ਤਾਂ ਆਉਣ ਵਾਲੇ ਸਮੇਂ 'ਚ ਸੀਆਰਐਸ ਡਰਾ ਨੂੰ ਲੈ ਕੇ ਕੀ ਕੀ ਸੋਚਿਆ ਜਾ ਸਕਦਾ ਅ ਹਰਜਿੰਦਰ ਸਕੋਰਸ ਆਲਵੇਜ਼ ਹਾਈ ਹੀ ਰਹਿਣਗੇ ਜੀ ਪਹਿਲਾਂ ਤਾਂ ਇਹ ਹੈਗਾ ਉਹਦਾ ਰੀਜ਼ਨ ਹੈ ਹਾਂਜੀ ਆਪਾਂ ਨਾਰਮਲ ਸਮੇਂ 'ਚ ਪਹੁੰਚ ਚੁੱਕੇ ਹੈਗੇ ਨਾਰਮਲ ਮੈਂ ਕਿਉਂ ਮੰਨਦਾ ਕਿ ਹੁਣ ਕੋਈ ਪੈਂਡੈਮਿਕ ਨਹੀਂ ਚੱਲ ਰਿਹਾ ਸੋ ਜਿਹੜਾ ਕੁਝ ਹੋਇਆ ਉਹ ਅਨਪ੍ਰੈਸੀਡੈਂਟਿਡ ਸੀ ਤੇ ਉਹ 'ਚ ਸਰਕਾਰ ਦੀਆਂ ਬਹੁਤ ਵੱਡੀਆਂ ਗਲਤੀਆਂ ਸੀ ਜਿਹੜਾ ਆਪਾਂ ਇੱਥੇ ਤੱਕ ਪਹੁੰਚੇ ਹੈਗੇ ਆ ਆਪਾਂ ਹੁਣ ਸਿਚੁਏਸ਼ਨ 'ਚ ਹੈਗੇ ਆ ਦਸੰਬਰ 2019 ਵਾਲੀ ਸਿਚੁਏਸ਼ਨ ਚ ਆਪਾਂ ਹਾਂਜੀ ਉਹ ਤੋਂ ਬਾਅਦ ਮਾਰਚ 2020 ਦੇ ਵਿੱਚੋਂ ਜਿਹੜਾ ਪੈਂਡੈਮਿਕ ਸਟਾਰਟ ਹੋ ਗਿਆ ਸੀ ਸੋ ਜੋ ਨਾਰਮਲ ਉਸ ਵੜੇ ਸੀ ਉਹੀ ਨਾਰਮਲ ਦੁਬਾਰੇ ਵਾਪਸ ਆਊਗਾ ਉਦੋਂ ਵੀ ਜੇ ਆਪਾਂ ਸਕੋਰਸ ਦੇਖੀਏ ਤਾਂ ਉਹ ਪੌਣੇ 500 ਦੇ ਨੇੜੇ ਤੇੜੇ ਸਕੋਰ ਹੁੰਦਾ ਸੀਗਾ ਓਕੇ ਤੇ ਦੂਜੀ ਜਿਹੜੀ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਪੈਂਡੈਮਿਕ ਆਇਆ ਤੇ ਸਕੋਰਸ ਬਹੁਤ ਲੋ ਚੱਲ ਗਈਆਂ ਆ ਸਿੰਗ ਡਬਲ ਡਿਜੀਟ ਚ 20 ਸਕੋਰ ਆ ਗਿਆ ਸੀ ਇੱਕ ਵਾਰੀ ਜਿਹਦਾ ਕੋਈ ਰੈਸ਼ਨਲ ਨਹੀਂ ਮੈਂ ਐਕਸੈਸ ਟੂ ਇਨਫਾਰਮੇਸ਼ਨ ਸੀ ਉਹਦੋਂ 70 ਹਾਂਜੀ 70 70 ਮੈਂ ਉਹਦੋਂ ਇਮੀਗ੍ਰੇਸ਼ਨ ਮਹਿਕਮੇ ਤੋਂ ਐਕਸੈਸ ਟੂ ਇਨਫਾਰਮੇਸ਼ਨ ਪ੍ਰਾਈਵੇਸੀ ਐਕਟ ਦੇ ਵਿੱਚ ਪੁੱਛਿਆ ਕਿ ਰੈਸ਼ਨਲ ਦੱਸੋ ਕਿ 70 ਨੰਬਰ ਇਹ ਵਿਚਾਰ ਕਿੱਥੋਂ ਕੀਤਾ ਗਿਆ 100 ਨੰਬਰ ਤਾਂ ਉਮਰ ਦੀ ਮਿਲ ਜਾਂਦੇ ਨੇ ਜੀ ਇਹਦਾ ਮਤਲਬ ਸਾਰਿਆਂ ਨੂੰ ਪਰਮਾਨੈਂਟ ਕਰ ਦੇਣਾ ਹੈ ਤੁਸੀਂ ਤੇ ਉਹਨਾਂ ਕੋਲੇ ਕੋਈ ਰੈਸ਼ਨਲ ਨਹੀਂ ਸੀ ਸਿਰਫ ਈਮੇਲਸ ਐਕਸਚੇਂਜ ਸੀ ਕਿ 12 ਲੋਕ ਨਹੀਂ ਆ ਰਹੇ ਸੋ ਵਿਦਨ ਕੈਂਡਲ ਵਾਲੇ ਲੋਕਾਂ ਨੂੰ ਮੌਕਾ ਦੇ ਦਿਓ ਓਕੇ ਇਹ ਰੈਸ਼ਨਲ ਸੀ ਉਹ ਤੋਂ ਬਾਅਦ ਫਿਰ ਜਿਹੜਾ ਇੱਕ ਪ੍ਰੋਗਰਾਮ ਆਇਆ ਜਿਹਨੂੰ TR2PR ਪ੍ਰੋਗਰਾਮ ਆਖਿਆ ਜਾਂਦਾ ਉਹਦਾ ਰੈਸ਼ਨਲ ਇਹ ਸੀ ਕਿ ਬਾਹਰੋਂ ਲੋਕ ਨਹੀਂ ਆ ਰਹੇ ਤਾਂ ਵਿਦਨ ਕੈਨੇਡਾ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਦਿੱਤੀ ਜਾਵੇ ਜਿਹੜਾ ਕਿ ਕੰਪਲੀਟ ਫੇਲੀਅਰ ਹੋਇਆ ਉਹਦਾ ਰੀਜ਼ਨ ਇਹ ਹੈਗਾ ਪਰ ਸੌਰੀ ਮੈਂ ਇੱਥੇ ਕੱਟ ਰਿਹਾ ਸੀਗਾ ਕਿ ਸੋ ਉਹ ਜਦੋਂ 70 ਕੀਤੇ ਗਏ ਸੀ ਸਕੋਰ ਸੋ ਉਹਦੇ 'ਚ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਬੈਨੀਫਿਟ ਲਿਆ ਹੋਵੇਗਾ ਫਾਇਦਾ ਮਿਲਿਆ ਹੋਵੇਗਾ ਅ ਇਹ ਬਹੁਤ ਐਮਬਿਗਿਅਸ ਸਟੇਟਮੈਂਟ ਹੋ ਗਏ ਕਿ ਜੇ ਪੱਕਾਂਗੇ ਬਹੁਤ ਲੋਕਾਂ ਨੇ ਫਾਇਦਾ ਲਿਆ ਹੋਊਗਾ ਕੈਨੇਡਾ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਸਭ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਓਕੇ ਜਿਹੜਾ ਕਾਨੂੰਨ ਬਣਿਆ ਉਹ ਕੈਨੇਡਾ ਦੀ ਇਕਨੋਮਿਕ ਗਰੋਥ ਲਈ ਪੋਪੂਲੇਸ਼ਨ ਗਰੋਥ ਲਈ ਬਣਿਆ ਹੈਗਾ ਉਹ ਇਸ ਲਈ ਨਹੀਂ ਬਣਿਆ ਕਿ ਕਿਸੇ ਨੂੰ ਇਮੀਗ੍ਰੇਸ਼ਨ ਬਣ ਕੇ ਉਹਦਾ ਫਾਇਦਾ ਹੋ ਜਾਏ ਇਹ ਇਹ ਤਾਂ ਆਬਜੈਕਟਿਵ ਇਹ ਤਾਂ ਆਬਜੈਕਟਿਵ ਨਹੀਂ ਤੁਸੀਂ ਇਮੀਗ੍ਰੇਸ਼ਨ ਵਾਲੇ ਪਰਸਪੈਕਟਿਵ ਦੇ ਸਾਡੇ ਪਰਿਵਾਰਾਂ ਦੇ ਪਰਸਪੈਕਟਿਵ ਤੋਂ ਦੇਖਾਂ ਤਾਂ ਉਹ ਤਾਂ ਡੈਫੀਨਿਟਲੀ ਫਾਇਦਾ ਹੈ ਹਾਂਜੀ ਉਹ ਤਾਂ ਜਿਹਦੀ ਇਮੀਗ੍ਰੇਸ਼ਨ ਹੋ ਗਈ ਉਹਦਾ ਤਾਂ ਫਾਇਦਾ ਹੀ ਫਾਇਦਾ ਹੈ ਨਾ ਸੋ ਜਿਹੜੇ ਜਿਹੜੇ ਸੈਕਸ਼ਨ 3 ਹੈ ਇਮੀਗ੍ਰੇਸ਼ਨ ਰੈਫਿਜੀ ਪ੍ਰੋਟੈਕਸ਼ਨ ਐਕਟ ਦਾ ਉਹ ਚ ਐਕਟ ਦੇ ਆਬਜੈਕਟਿਵਸ ਲਿਖੇ ਨੇ ਉਹ A ਤੋਂ H ਤੱਕ ਲਿਖੇ ਹੋਏ ਨੇ ਹਾਂਜੀ ਸੋ ਉਹਦੇ ਚੋਂ ਜਿਹੜਾ ਹੈਗਾ ਉਹ ਫੈਮਿਲੀ ਰੀਯੂਨੀਫਿਕੇਸ਼ਨ ਹੈ ਹਿਮੈਨਿਟਰੀਅਨ ਕੰਪੈਸ਼ਨ ਹੈ ਫਿਰ ਉਸ ਤੋਂ ਬਾਅਦ ਤੁਹਾਡਾ ਕੈਨੇਡਾ ਦੀ ਇਕਨੋਮਿਕ ਗਰੋਥ ਹੈ ਲੇਬਰ ਮਾਰਕੀਟ ਗਰੋਥ ਹੈ ਉਹ ਸਾਰੀਆਂ ਆਬਜੈਕਟਿਵਸ ਨੇ ਉਹਨੂੰ ਆਬਜੈਕਟਿਵ ਕਰਨ ਨੂੰ ਉਹਨਾਂ ਆਬਜੈਕਟਿਵਸ ਨੂੰ ਅਚੀਵ ਕਰਨ ਨੂੰ ਕਾਨੂੰਨ ਬਣਿਆ ਹੋਇਆਗਾ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਨਹੀਂ ਬਣਿਆਗਾ ਫਿਰ ਉਸ ਤੋਂ ਬਾਅਦ ਉਹ ਜੇ ਉਹ ਆਬਜੈਕਟਿਵ ਪੂਰਾ ਹੁੰਦਾ ਉਹ ਪਬਲਿਕ ਪਾਲਿਸੀ ਬਣਾ ਕੇ ਕਿ ਹਾਂ ਆ ਬੰਦੇ ਕੈਨੇਡਾ ਚ ਨਹੀਂ ਬਾਰੋਂ ਨਹੀਂ ਆ ਰਹੇ ਤਾਂ ਇਹਨਾਂ ਦੀ ਇਮੀਗ੍ਰੇਸ਼ਨ ਹੋਗੀ ਪਰ ਹੋਇਆ ਫੇਲਿਅਰ ਫੇਲਿਅਰ ਕਿਵੇਂ ਹੋਇਆ ਕਿ 90000 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਪਹਿਲਾਂ ਤਾਂ ਉਹ ਚ ਅਰਜ਼ੀ 88000 ਆਈਆਂ ਹਾਂਜੀ ਫਿਰ ਉਹ ਚ ਕਰੀਬਨ ਕਰੀਬਨ 82000 ਸਹੀ ਪਾਈਆਂ ਗਈਆਂ ਓਕੇ ਸੋ 88 ਚੋਂ 82 ਸਹੀ ਪਾਈਆਂ ਬਾਕੀ ਵੈਸੇ ਰਿਜੈਕਟ ਹੋ ਗਈਆਂ ਕਿਉਂਕਿ ਉਹ ਦਾਖਲ ਹੋਣ ਦੇ ਕਾਬਿਲ ਨਹੀਂ ਸੀ ਹਾਂਜੀ ਉਹ 82 ਚੋਂ ਵੀ ਹਰਜਿੰਦਰ ਉਸ ਸਾਲ ਸਿਰਫ 30000 ਲੋਕਾਂ ਦੀ ਕੇਸ ਪ੍ਰੋਸੈਸ ਹੋ ਸਕੇ ਜਦ ਕਿ ਓਬਜੈਕਟਿਵ ਇਹ ਸੀ ਬਾਹਰੋਂ ਲੋਕ ਨਹੀਂ ਆ ਰਹੇ ਤਾਂ ਉਹਨਾਂ ਨੂੰ ਪ੍ਰੋਸੈਸ ਕਰਦੇ ਜੇ 50000 ਅਰਜ਼ੀਆਂ ਹਾਲੇ ਵੀ ਪੈਂਡਿੰਗ ਪਈਆਂ ਨੇ ਉਹ ਹਾਂਜੀ ਤੇ ਉਹਨਾਂ ਨੂੰ ਕਹਤਾ ਕਿ ਉਹ 2024 ਦੇ ਐਂਡ ਤੱਕ ਅਸੀਂ ਉਹਨਾਂ ਨੂੰ ਪ੍ਰੋਸੈਸ ਕਰਾਂਗੇ ਸੋ ਉਹ ਅਬਜੈਕਟਿਵ ਕਿੱਥੇ ਮੀਟ ਹੋਇਆ ਜਦੋਂ ਬਾਰੋਂ ਲੋਕ ਆ ਰਹੇ ਨੇ ਤੁਸੀਂ ਉਹਨਾਂ ਨੂੰ ਆਲਰੇਡੀ ਇੱਕ ਨੰਬਰ ਵਧਾਤਾ ਹੁਣ ਜੇ ਨੰਬਰ ਵਧੂਗਾ ਤਾਂ ਆਫਕੋਰਸ ਸੀਆਰਐਸ ਸਕੋਰ ਨੇ ਉੱਪਰ ਜਾਣੇ ਹੀ ਜਾਣ ਰਾਈ ਕਿਉਂਕਿ ਆਪਣੇ ਕੋਲ ਆਲਰੇਡੀ ਲਾਈਨ 'ਚ ਬਹੁਤ ਲੋਕ ਬੈਠੇ ਆ ਤੇ ਫਿਰ ਆਪਾਂ ਲੋਅਰ ਸਕੋਰ ਤਾਂ ਲਿਆਂ ਨਹੀਂ ਨਾ ਸਕਦੇ ਹੁਣ ਜੇ ਆਪਣੇ ਕੋਲ 50 ਹਜ਼ਾਰ ਅਰਜ਼ੀਆਂ ਪੈਂਡਿੰਗ ਪਈਆਂ ਨੇ ਤੇ ਲੋਕ ਆਪਣੇ ਕੋ ਪਹਿਲਾਂ ਹੀ ਜਿਹੜੇ ਹੈਗੇ ਨੇ ਨੰਬਰ ਹੈਗਾ ਤਾਂ ਆਪਾਂ ਫਿਰ ਅਰਜ਼ੀਆਂ ਥੱਲੋਂ ਨਹੀਂ ਨਾ ਲੈ ਸਕਦੇ ਆਪਾਂ ਤਾਂ ਉਹ ਟਾਪ ਚੋਇਸ ਚੋਇਸ ਕਰਾਂਗੇ ਤਾਂ ਆਪਣੇ ਨੰਬਰ ਪੂਰੇ ਹੋਣਗੇ ਰਾਈਟ ਫਿਰ ਉਹ ਤੋਂ ਬਾਅਦ ਜਿਹੜੇ ਸਕੋਰਸ ਸ਼ੁਰੂ ਹੋਈਆਂ ਤੇ ਸ਼ੁਰੂ ਹੋ ਕੇ ਉਸ ਤੋਂ ਬਾਅਦ ਨਵਾਂ ਜਿਹੜਾ ਕਾਨੂੰਨ ਸੀਗਾ ਉਹ ਆ ਗਿਆ ਕਿ ਮਨਿਸਟਰ ਨੂੰ ਅਧਿਕਾਰ ਦੇ ਦਿੱਤਾ ਕਿ ਉਹ ਚੂਜ਼ ਕਰ ਸਕਦਾ ਸਰਟਨ ਓਕਿਪੇਸ਼ਨਸ ਨੂੰ ਹਾਂਜੀ ਤੇ ਉਹ ਫਿਰ ਓਕਿਪੇਸ਼ਨ ਬੇਸਡ ਡਰਾਉਣ ਲੱਗੇ ਹਾਂ ਠੀਕ ਪ੍ਰੋਗਰਾਮ ਹੈ ਕਿਉਂਕਿ ਜਿਹੜੇ ਜਿਹਦੀ ਲੋੜ ਹੈ ਉਹਨੂੰ ਹੀ ਬੁਲਾਇਆ ਜਾਵੇ ਕਿਉਂਕਿ ਉਹਦੇ ਲਈ ਗਾਂ ਖਾਮ ਅਵੇਲੇਬਲ ਹੈਗਾ ਹਾਂਜੀ ਹੁਣ ਉਹਦੇ ਕਰਕੇ ਕੀ ਹੋਇਆ ਕਿ ਜਿਹੜਾ ਰੈਗੂਲਰ ਬੰਦਾ ਹੈ ਆਫਕੋਰਸ ਉਹਦਾ ਸਕੋਰ ਤਾਂ ਆ ਜਾਊਗਾ ਹੀ ਜਾਊਗਾ ਕਿਉਂਕਿ ਕੈਨੇਡਾ ਨੇ ਤਾਂ ਕਰੀਮ ਦਾ ਕਰੀਮ ਹੀ ਲੈਣਾ ਨਾ ਜਿਹੜਾ ਟੌਪ ਵਾਲਾ ਉਹਨੂੰ ਹੀ ਲੈਣਾ ਸੋ ਇਹਦੇ ਘਟਣ ਦੇ ਕੋਈ ਵੀ ਚਾਂਸਸ ਨਹੀਂ ਪਰ ਇੱਥੇ ਗੁਰਪ੍ਰੀਤ ਜੀ ਜਿਹੜੇ ਆਏ ਹੋਏ ਲੋਕ ਨੇ ਕੈਨੇਡਾ ਦੇ ਵਿੱਚ ਸਟੂਡੈਂਟ ਆ ਗਏ ਨੇ ਵਰਕ ਪਰਮਿਟ ਤੇ ਆ ਗਏ ਨੇ ਜਾਂ ਹੋਰ ਵਕ ਵਕ ਸੋਰਸਸ ਦੇ ਨਾਲ ਇੱਥੇ ਨੇ ਤੇ ਫਿਰ ਉਹ ਉਸ ਇੱਕ ਤਰ੍ਹਾਂ ਦੇ ਮਾਹੌਲ ਦੇ ਵਿੱਚ ਨਹੀਂ ਚਲੇ ਜਾਣਗੇ ਕਿ ਡਿਪਰੈਸ ਹੋ ਜਾਣਗੇ ਕਿ ਸਾਡਾ ਕੀ ਬਣੇਗਾ ਅਸੀਂ ਇੰਨਾ ਕਿੰਨਾ ਸਮਾਂ ਵੇਟ ਕਰਾਂਗੇ ਕੀ ਹੋਏਗਾ ਕਦੋਂ ਸਾਡੇ ਸਕੋਰ ਮੀਟ ਕਰਨਗੇ ਕਿਵੇਂ ਪੀਆਰ ਹੋਏਗੀ ਇਹ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਰਹੀ ਹੈਗੀ ਹੈ ਜਦੋਂ ਕਿ ਇਹ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਸੀ ਇਹਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਗਿਆ ਕਿ ਤੁਸੀਂ ਇਹਦੇ ਪ੍ਰੋਗਰਾਮ ਚਾਹੋ ਤੇ ਤੁਹਾਨੂੰ ਇਮੀਗ੍ਰੇਸ਼ਨ ਹੋ ਜਾਊਗੀ ਹਾਂਜੀ ਪਰ ਇਹ ਕਦੇ ਵੀ ਸੱਚ ਨਹੀਂ ਸੀ ਦਿਸ ਇਸ ਨੈਵਰ ਅ ਟਰੂਥ ਰੇਡ ਉਹ ਟ੍ਰੂਥ ਕਿਵੇਂ ਬਣ ਗਿਆ ਉਸ ਵੀ ਪੈਂਡੈਮਿਕ ਦਾ ਰੋਲ ਹੈ ਉਹ ਪੈਂਡੈਮਿਕ ਦਾ ਕੀ ਰੋਲ ਹੈ ਕਿ ਉਹਨਾਂ ਟਾਈਮ ਲੋਕਾਂ ਦੇ ਪਰਮਿਟ ਐਕਸਟੈਂਡ ਹੋਈਗੇ ਹਾਂਜੀ ਤੇ ਪਰਮਿਟ ਐਕਸਟੈਂਡ ਹੋਈ ਕਿ ਕਿਸੇ ਨੂੰ ਇਹ ਇਹ ਤਾਂ ਨਹੀਂ ਰਿਹਾ ਨਾ ਵੀ ਉਹ ਉਹਦਾ ਉਹਨੂੰ ਦੇਸ਼ ਚੋਂ ਜਾਣ ਦਾ ਮੌਕਾ ਆ ਗਿਆ ਉਹਦਾ ਉਹ ਪਰਮਿਟ ਐਕਸਟੈਂਡ ਹੋ ਜਾਂਦਾ ਸੀ ਹੁਣ ਕੋਈ 2015 ਚ ਆਇਆ 17 ਤੱਕ ਉਹਨੇ ਪੜਾਈ ਕੀਤੀ ਹਾਂਜੀ ਤੇ ਉਸ ਤੋਂ ਬਾਅਦ ਉਹਨੂੰ 20 ਤੱਕ ਦਾ ਪਰਮਿਟ ਮਿਲ ਗਿਆ 20 ਚ ਆ ਕੇ ਪੈਂਡੈਮਿਕ ਆ ਗਿਆ ਉਹਦਾ ਪਰਮਿਟ ਤਾਂ 2025 ਤੱਕ ਐਕਸਟੈਂਡ ਹੋ ਗਿਆ 15 ਦਾ ਆਇਆ 25 ਤੱਕ ਉਹ ਬੰਦਾ ਇੱਥੇ ਹੈ ਹਾਂਜੀ ਸੋ ਉਹ ਗਲਤ ਪਾਲਿਸੀ ਸੀ ਨਾ ਰਾਈਟ ਸੋ ਜਦੋਂ ਤੁਸੀਂ ਉਹਨਾਂ ਇਕੱਠ ਕਰ ਲੋਗੇ ਆਫਕੋਰਸ ਫਿਰ ਤੁਹਾਨੂੰ ਉਹ ਕੱਟ ਦੇ ਵਿੱਚੋਂ ਕੰਪੀਟੀਸ਼ਨ ਵੱਜੂਗਾ ਸੋ ਕੀ ਹੁਣ ਇਸ ਗਿਣਤੀ ਤੇ ਕੋਈ ਰੈਸਟ੍ਰਿਕਸ਼ਨ ਲੱਗਣ ਦੇ ਚਾਂਸਸ ਨਹੀਂ ਕੀ ਸਟੂਡੈਂਟਸ ਜਾਂ ਵਰਕ ਪਰਮਿਟ ਦੇ ਉੱਪਰ ਥੋੜੀ ਜੀ ਰੋਕ ਲੱਗੀ ਹੈ ਇਸ ਵੇਲੇ ਜਾਂ ਕੀ ਮਾਹੌਲ ਹੈ ਕਿ ਧੜਾ ਧੜ ਫਿਰ ਵੀਜ਼ੇ ਲੱਗ ਰਹੇ ਨੇ ਲੋਕ ਆ ਰਹੇ ਨੇ ਪਹਿਲਾਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਕੁਝ ਬਣ ਨਹੀਂ ਰਿਹਾ ਤੇ ਪੁਰਾਣੇ ਸੌਰੀ ਨਵੇਂ ਹੋਰ ਐਡ ਹੋਈ ਜਾ ਰਹੇ ਨੇ ਕਿਤੇ ਇਦਾਂ ਤਾਂ ਨਹੀਂ ਹੋ ਰਿਹਾ ਨਹੀਂ ਹੁਣ ਵੈਸੇ ਵੀ 40% ਇੰਡੀਆ ਤੋਂ ਕੱਟ ਐਪਲੀਕੇਸ਼ਨਸ ਆਈਆਂ ਨੇ ਸਟੂਡੈਂਟਸ ਦੀ ਐਤ ਕੀ ਹਾਂਜੀ ਉਹਦਾ ਰੀਜ਼ਨ ਇਹੀ ਹੈ ਕਿਉਂਕਿ ਹੁਣ ਲੋਕਾਂ ਨੂੰ ਇਹ ਰਿਅਲ ਆਇਤ ਕੀ 9 ਲੱਖ ਸਟੂਡੈਂਟ ਆਉਣੇ ਆ 2024 ਚ ਤੇ 9 ਲੱਖ ਮਾਈਗ੍ਰੇਸ਼ਨ ਥੋੜੋ ਹੋ ਜਾਂਦੀ ਹੈ ਜੀ ਹਾਂਜੀ ਤੇ ਸਾਰੇ ਸਟੂਡੈਂਟ ਵੀ ਨਹੀਂ ਹੁੰਦੇ ਬਾਕੀ ਲੋਕ ਵੀ ਤਾਂ ਹੁੰਦੇ ਨੇ ਨਾ ਸੋ ਜਦੋਂ ਇਹ ਰੀਅਲਾਈਜ਼ੇਸ਼ਨ ਹੋਣ ਲੱਗੀ ਤਾਂ ਉਹ ਜਿਹੜਾ ਲੁਕਰੇਟਿਵ ਐਸਪੈਕਟ ਸੀ ਕਿ ਉੱਥੇ ਜਾਓ ਸਟੂਡੈਂਟ ਬਣੋ ਤੇ ਮੁੜ ਕੇ ਪੱਕੇ ਹੋ ਜੋ ਉਹ ਖਤਮ ਹੋਣ ਲੱਗ ਗਿਆ ਇਹ ਖਤਮ ਹੋਣਾ ਚਾਹੀਦਾ ਸੀ ਐਕਚੁਅਲੀ 2020 ਚ ओके اور ਰਿਐਲਿਟੀ ਚੈੱਕ ਸੀ ਤੇ ਆਮ ਆਗਰਲੇ ਜਿਹੜਾ 4 ਸਾਲ ਦਾ ਸਮਾਂ ਸੀ ਨਾ ਜਿਹਦੇ ਵਿੱਚੋਂ ਆਪਾਂ 2.4 ਮਿਲੀਅਨ ਲੋਕ ਵਾਧੂ ਭਰਤੀ ਕਰ ਲਏ ਇਹ ਨਹੀਂ ਹੋਣੇ ਸੀ ਸੋ ਇਹ ਜਿਹੜਾ ਇੰਬੈਲੈਂਸ ਹੁਣ ਇਸ ਵੇਲੇ ਕ੍ਰੀਏਟ ਹੋ ਗਿਆ ਕਮਿਊਨਿਟੀ ਚ ਲੋਕਾਂ ਚ ਫੈਮਿਲੀਜ਼ ਦੇ ਵਿੱਚ ਆਲੇ ਦੁਆਲੇ ਇਕਨੋਮਿਕਲੀ ਵੀ ਸੋਸ਼ੀਅਲੀ ਵੀ ਜਦੋਂ ਅਸੀਂ ਦੇਖਦੇ ਆਂ ਰੋਡਸ ਦੇ ਉੱਪਰ ਇੱਕ ਇਕ ਸਾਡੇ ਜਿਹੜੇ ਅਸੀਂ ਉਸ ਤਰੀਕੇ ਦੇ ਨਾਲ ਇਕਵਿਪਟ ਨਹੀਂ ਆ ਅਸੀਂ ਸਾਡੇ ਕੋਲ ਰਿਸੋਰਸਸ ਉਸ ਤਰ੍ਹਾਂ ਦੇ ਨਹੀਂ ਨਾ ਸਾਡੇ ਕੋਲ ਫੈਸਿਲਿਟੀਆਂ ਉਸ ਤਰ੍ਹਾਂ ਦੀਆਂ ਨਹੀਂ ਪੁਲਿਸਿੰਗ ਉਦਾਂ ਦੀ ਨਹੀਂ ਹੈ ਸਕੂਲਿੰਗ ਉਦਾਂ ਦੀ ਨਹੀਂ ਹੈ ਅ ਗ੍ਰੋਸਰੀ ਸਟੋਰਸ ਵਗੈਰਾ ਦੇਖੀਏ ਤਾਂ ਉਹ ਮਤਲਬ ਤੁਹਾਡੀ ਵਾਰੀ ਨਹੀਂ ਆਉਂਦੀ ਉੱਥੇ ਸੋ ਇਹ ਜਿਹੜਾ ਸਾਰਾ ਹੁਣ ਇਸ ਤਰ੍ਹਾਂ ਦਾ ਇੰਬੈਲੈਂਸ ਕ੍ਰੀਏਟ ਹੋ ਗਿਆ ਇਹਨੂੰ ਫਿਰ ਕਿਵੇਂ ਦੇਖਣਾ ਚਾਹੀਦਾ ਅੱਗੇ ਇਹ ਤਾਂ ਹੌਲੀ-ਹੌਲੀ ਠੀਕ ਹੋਊਗਾ ਜੀ ਜਿੰਨਾ ਸਮਾਂ ਇਹਨੂੰ ਵਿਗੜਨ ਨੂੰ ਲੱਗਿਆ ਉਹਨਾਂ ਸੁਧਰਨ ਨੂੰ ਲੱਗੂਗਾ ਤੁਹਾਨੂੰ ਯਾਦ ਹੋਣਾ ਹੈ 2015-16 ਚ ਆਪਾਂ ਅਕਸਰ ਗੱਲ ਕਰਨੀ ਸ਼ੁਰੂ ਕਰੀ ਸੀ ਜਦੋਂ ਇਹ ਜਿਹੜੇ ਪ੍ਰਾਈਵੇਟ ਕਾਲਜੇਸ ਦੇ ਕੈਂਪਸ ਬ੍ਰੈਂਟਨ ਮਿਸਾਗਾਸਕਾਰਬੋਰੋ ਚ ਖੁੱਲਣੇ ਹੋ ਰਹੇ ਸੀ ਹੁਣੇ ਸ਼ੁਰੂ ਹੋਏ ਸੀ ਕਿ ਕੀ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਹੋਲਡ ਕਰ ਲੂਗਾ ਹਾਂਜੀ ਉਦੋਂ ਜਿਹੜੀਆਂ ਸਿਟੀ ਗਵਰਨਮੈਂਟ ਸੀ ਉਹਨਾਂ ਨੇ ਖਿਆਲ ਨਹੀਂ ਕਰਿਆ ਰਾਈਟ ਹੁਣ ਉਹ ਖਿਆਲ ਕਰਨਾ ਸ਼ੁਰੂ ਕਰ ਰਹੀਆਂ ਨੇ ਜਦੋਂ ਪਾਣੀ ਸਰਦੇ ਉੱਤੇ ਚੱਲਿਆ ਗਿਆ ਕਮਿਊਨਿਟੀ ਕਾਲਜ ਦਾ ਮਤਲਬ ਕੀ ਸੀ ਕਿ ਉਹ ਜਿਹੜੀ ਕਮਿਊਨਿਟੀ ਚ ਕਾਲਜ ਹੈਗਾ ਉਸ ਕਮਿਊਨਿਟੀ ਨੂੰ ਦੀਆਂ ਨੀਡਸ ਪੂਰੀਆਂ ਕਰ ਲਈ ਬਣਿਆ ਉਹ ਹਾਂਜੀ ਕਾਲਜ ਸੱਡ ਬਰੀਚ ਹੈ ਕਾਲਜ ਥੰਡਰਬੇਚ ਹੈ ਕਾਲਜ ਸੂਸੇਮਰੀਚ ਹੈ ਉਹਦਾ ਕੈਂਪਸ ਬ੍ਰੈਮਟਨ ਚ ਖੁੱਲਿਆ ਹੋਇਆ ਹੈ ਰਾਈਟ ਤੋਂ ਬ੍ਰੈਮਟਨ ਦੀ ਨੀਡ ਨਹੀਂ ਨਾ ਪੂਰੀ ਕਰ ਰਿਹਾ ਉਹ ਨੀਡ ਪੂਰੀ ਕਰ ਰਿਹਾ ਸੀ ਸੂਸਾ ਮੈਰੀਜ਼ ਦੀ ਜੇ ਉਹੀ ਪ੍ਰੋਸੀਜਰ ਚੱਲਦਾ ਇਹ ਪ੍ਰੋਗਰਾਮ ਕਦੇ ਵੀ ਗਲਤ ਨਹੀਂ ਹੋਣਾ ਸੀਗਾ ਸੋ ਗੁਰਪ੍ਰੀਤ ਖੈਰਾ ਹੋਰੀ ਸੀ ਡਬਲਯੂਸੀ ਇਮੀਗ੍ਰੇਸ਼ਨ ਤੋਂ ਦੋਸਤੋ ਸਾਡੇ ਮਹਿਮਾਨ ਨੇ ਸੋ ਇਹਨਾਂ ਦੇ ਨਾਲ ਅਗਰ ਤੁਸੀਂ ਗੱਲ ਕਰਨੀ ਹੋਵੇ ਸਾਡਾ ਇਹ ਵੀਰਵਾਰ ਨੂੰ ਹਰ ਵੀਰਵਾਰ ਨੂੰ ਸਪੈਸ਼ਲੀ ਸਾਡਾ ਇਹ ਸੈਗਮੈਂਟ ਹੁੰਦਾ ਜਿਹਦੇ ਵਿੱਚ ਵੈਲਕਮ ਟੂ ਕੈਨੇਡਾ ਸੈਗਮੈਂਟ ਦੇ ਤਹਿਤ ਅਸੀਂ ਤੁਹਾਡੇ ਨਾਲ ਇਮੀਗ੍ਰੇਸ਼ਨ ਨਾਲ ਰਿਲੇਟਡ ਜੁੜੇ ਹੋਏ ਅਪਡੇਟਸ ਜਾਂ ਗੱਲਾਂ ਬਾਤਾਂ ਜਾਂ ਜਾਂ ਖਬਰਾਂ ਪਹੁੰਚਦੀਆਂ ਕਰਦੇ ਹਾਂ ਸੋ ਇਹਨਾਂ ਦੇ ਨਾਲ ਤੁਸੀਂ ਗੱਲ ਕਰਨੀ ਹੋਵੇ ਤਾਂ 905 670 444905 670444 ਦਾ ਫੋਨ ਨੰਬਰ ਸੋ ਗੁਰਪ੍ਰੀਤ ਇਹਦੇ ਨਾਲ ਹੀ ਜੁੜਦਾ ਹੋਇਆ ਜੇ ਸਵਾਲ ਮੈਂ ਰੈਸ਼ੀਨਲ ਪੁਆਇੰਟਸ ਦੀ ਜਦੋਂ ਆਪਾਂ ਗੱਲ ਕਰ ਰਹੇ ਸੀ ਜਿਹੜਾ 40 ਘੰਟੇ ਜੌਬ ਕੀਤੀ ਗਈ ਸੀ ਫਿਰ 20 ਘੰਟੇ ਕੀਤੀ ਗਈ ਸੀ ਫਿਰ ਸਟੂਡੈਂਟਸ ਲਈ 40 ਘੰਟੇ ਦਾ ਸਮਾਂ ਦਿੱਤਾ ਗਿਆ ਹਫਤੇ ਦਾ ਇਹਦੇ ਬਾਰੇ ਵੀ ਕੁਝ ਅਪਡੇਟਸ ਸੁਣਨ ਨੂੰ ਆ ਰਹੇ ਨੇ ਉਹ ਕੀ ਨੇ ਜੀ ਕੱਲ ਹੀ ਸਨ ਨਿਊਜ਼ਪੇਪਰ ਜਿਹੜਾ ਹਾਂਜੀ ਉਹਨੇ ਇਹ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਥੱਲੇ ਸਰਕਾਰ ਤੋਂ ਜਵਾਬ ਮੰਗਾਈ ਸੀ ਵੀ ਜਿਹੜੀ ਵੀ ਤੁਹਾਡੀ ਕੋਈ ਸਟੱਡੀ ਹੈਗੀ ਹੈ ਜਿੱਤੇ ਤੁਸੀਂ ਇਹ ਬੇਸਡ ਡਿਸੀਜਨ ਦਿੱਤਾ ਕਿ ਅਸੀਂ ਆ ਸਟੱਡੀ ਕਰੀ ਸਾਨੂੰ ਤੋਂ ਆ ਪਤਾ ਲੱਗਿਆ ਤਾਂ ਅਸੀਂ ਜਾ ਕੇ ਆ ਰੈਸ਼ਨਲ ਹੈ ਸਾਡਾ 40 ਘੰਟੇ ਕੰਮ ਕਰਨ ਦਾ ਸੋ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਸੋ ਉਹਨਾਂ ਨੇ ਕਿਹਾ ਸਾਡੇ ਕੋ ਕੋਈ ਵੀ ਸਟੱਡੀ ਅਵੇਲੇਬਲ ਨਹੀਂ ਜਿੱਤੇ ਤੇ ਅਸੀਂ ਇਹ ਬੇਸ ਕਰਿਆ ਕਿ ਇਹਨੂੰ 40 ਘੰਟੇ ਕਰ ਦਿੱਤਾ ਜਾਵੇ ਨਾ ਹੈ ਸਾਡੇ ਕੋ ਕੋਈ ਰੈਸ਼ਨਲ ਹੈ ਜਿਹੜਾ ਕਹਿੰਦਾ ਕਿ ਹੈ ਕਿ ਹੁਣ 30 ਤੀਆ ਪ੍ਰੈਲ ਤੱਕ ਇਹਨੂੰ ਵਧਾ ਦਿੱਤਾ ਗਿਆ ਜਦਕਿ ਮਿਨਿਸਟਰ ਆਫ ਇਮੀਗ੍ਰੇਸ਼ਨ ਕਹਿੰਦਾ ਕਿ ਜਿਹੜੇ ਲੋਕ ਨੇ ਕੰਮ ਕਰ ਲਈ ਅਵੇਲੇਬਲ ਨਹੀਂ ਜਦਕਿ ਸਰਵਿਸ ਕੈਨੇਡਾ ਕਹਿੰਦਾ ਕਿ ਅਨਇੰਪਲੋਇਮੈਂਟ ਰੇਟ 5.8% ਹੈ ਹਾਂਜੀ ਤੇ ਮਿਨਿਸਟਰ ਆਫ ਇਮੀਗ੍ਰੇਸ਼ਨ ਤੇ ਸਰਵਿਸ ਕੈਨੇਡਾ ਦਾ ਆਪਸ ਵਿੱਚ ਇਹ ਵਿਚਾਰਾ ਨਹੀਂ ਮਿਲਦੀਆਂ ਤੇ ਦੂਜੇ ਪਾਸੇ ਕੋਈ ਰੈਸ਼ਨਲ ਨਹੀਂ ਕਿ ਉਹ ਕਿਉਂ ਵਧਾ ਕੇ 20 ਘੰਟੇ ਤੋਂ 40 ਘੰਟੇ ਕਰ ਦਿੱਤਾ ਗਿਆ ਸੋ ਇ ਜਿਵੇਂ ਇਹ ਰੈਸ਼ਨਲ ਨਾ ਹੋਣਾ ਪਹਿਲਾਂ ਉਹ 70 ਪੁਆਇੰਟ ਕਿਉਂ ਕਰੇ ਉਹਦਾ ਰੈਸ਼ਨਲ ਨਾ ਹੋਣਾ ਹਾਂਜੀ ਫਿਰ ਉਸ ਤੋਂ ਬਾਅਦ ਤੁਹਾਡਾ ਆਜ ਕਿੰਨੇ ਘੰਟੇ ਕਿਉਂ ਵਧਾਤੇ ਇਹਦਾ ਰੈਸ਼ਨਲ ਨਾ ਹੋਣਾ ਇੱਥੋਂ ਪਤਾ ਲੱਗਦਾ ਹੈ ਕਿ ਸਾਰਾ ਕੁਝ ਕੰਮ ਮਨਮਰਜ਼ੀ ਨਾਲ ਚਲ ਰਹਾ ਹੈਗਾ ਸੋ 905 670 44 44 ਗੁਰਪ੍ਰੀਤ ਖੈਰਾ ਹਰਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨ ਦੇ ਲਈ ਸੈਲਫ ਆਪਣੇ ਇਹਨਾਂ ਦੇ ਆਫਿਸ ਤੇ ਅਪਾਇੰਟਮੈਂਟ ਬਣਾ ਕੇ ਤੁਸੀਂ ਇਹਨਾਂ ਨਾਲ ਗੱਲ ਕਰਨ ਦੇ ਲਈ ਫੋਨ ਨੰਬਰ ਡਾਇਲ ਕਰ ਸਕਦੇ ਹੋ ਤੇ ਇੱਕ ਪੁਆਇੰਟ ਹੋਰ ਵੀ ਅੱਗੇ ਚਲ ਕੇ ਸਾਂਝਾ ਕਰਦੇ ਦੋ ਕਾਲਰ ਨੇ ਆਪਣੇ ਸ਼ਾਇਦ ਹੀ ਦੋ ਕਾਲਸ ਲਵਾਵਾਂਗੇ ਬਈ ਦੋਸਤੋ ਹੋਰ ਕਾਲਸ ਨਾ ਕਰਿਓ ਇੱਕ ਚਨਪ੍ਰੀਤ ਹੋਰੀ ਨੇ ਤੇ ਜੀ ਮੱਲੀ ਹੋਰੀ ਤੇ ਫਿਰ ਆਪਣਾ ਸਮਾਂ ਵੀ ਆਲਮੋਸਟ ਸਮਾਪਤੀ ਤੇ ਆ ਚਨਪ੍ਰੀਤ ਤੁਸੀਂ ਆਉਂਦੀ ਹੋ ਰੋਂ ਬਹੁਤ ਬਰੀਫ ਰੱਖਿਓ ਆਪਣਾ ਸਵਾਲ ਕੋਈ ਹੋਰ ਤੁਸੀਂ ਗੱਲ ਪਾਜੀ ਕੀ ਹਾਲ ਹੈ ਜੀ ਸੱਚੀ ਗੱਲ ਜੀ ਠੀਕ ਹੈ ਦੋਨਾਂ ਪ੍ਰਮਾਣ ਪੱਤਰਾਂ ਤੇ ਭਾਜੀ ਮੇਰਾ ਇਹ ਸਵਾਲ ਇਹ ਜਿਹੜਾ ਡਿਪਟੀ ਭਾਜੀ ਹੁਣਾਂ ਨੂੰ ਭਾਜੀ ਕਈ ਲੋਕ ਨਾਲ ਕਹਿੰਦੇ ਆ ਵੀ ਸਟੂਡੈਂਟ ਜਿਹੜੇ ਆ ਉਹਨਾਂ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਮਤਲਬ ਨਹੀਂ ਹੁੰਦੀ ਪਹਿਲਾਂ ਹਨਾ ਸਟੂਡੈਂਟ ਜਿਹਨੂੰ ਵੀਜ਼ਾ ਲੱਗਦਾ ਆ ਉਹਦੇ ਬਾਰੇ ਥੋੜਾ ਜਿਹਾ ਚਾਨਣ ਪਾਓ ਵੀ ਜਿੱਥੇ ਤੱਕ ਮੈਨੂੰ ਪਤਾ ਆ ਵੀ ਉਹ ਕਹਿੰਦੇ ਵੀ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹੇ ਹੋ ਜ 18 ਮਹੀਨੇ ਤੋਂ ਵੱਧ ਰਹੇ ਹੋ ਤਾਂ ਤੁਹਾਨੂੰ ਉੱਥੋਂ ਦਾ ਪੀਸੀਆ ਲਾਉਣਾ ਪਊਗਾ ਵੇ ਬਾਕ ਜਿਹੜੇ ਲੋਕ ਵੀ ਕਹਿੰਦੇ ਨੇ ਵੀ ਸਟੂਡੈਂਟ ਦੀ ਉਹ ਪਾਲਿਸੀ ਕਲੀਅਰਿੰਗ ਤੇ ਨਹੀਂ ਹੁੰਦੀ ਵੀਜ਼ਾ ਲਗੜਦੇ ਪਹਿਲਾਂ ਉਹਦੇ ਬਾਰੇ ਥੋੜਾ ਜਿਆਦਾ ਜਾਣਨਾ ਪਾਵੇ ਫਿਰ ਸਹੀ ਆ ਤੇ ਗਲਤ ਦਾ ਹੋ ਸਕਦਾ ਮੈਂ ਗਲਤ ਹਮਾ ਹੋ ਸਕਦਾ ਹਾਂ ਬਾਈ ਬਸ ਜੀ ਬਲ ਠੀਕ ਹੈ ਜੀ ਠੀਕ ਹੈ ਬ੍ਰਦਰ ਬਹੁਤ ਮਿਹਰਬਾਨੀ ਨੈਕਸਟ ਕਾਲ ਉਸ ਤੋਂ ਬਾਅਦ ਜੀ ਮੰਲੀ ਹੋ ਰੀ ਕਾਲ ਲੈ ਲੀਏ ਪਹਿਲਾਂ ਨਾਲ ਹੀ ਜੀ ਜੀ ਹਾਂਜੀ ਹਾਂਜੀ ਮੰਲੀ ਸਾਹਿਬ ਤੁਸੀਂ ਆਉਂਦੀ ਰਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਮੇਰਾ ਵੀ ਕੁਐਸਚਨ ਇੰਨੇ ਰਿਲੇਟਡ ਹੀ ਆਹੀ ਕਿਦਾਂ ਪੇਰੈਂਟਸ ਦੇ ਲਾਣੇ ਹੈਗੇ ਪਰ ਰਹਿਮ ਦੇ ਤੌਰ ਤੇ ਤੇ ਬਾਅਦ ਮੇਰੇ ਕਾਫੀ ਦਿਨ ਅਲੋ ਕੰ ਰਿਟਾਇਰ ਹੋਣ ਵੀ ਹੁਣ 15 20 ਸਾਲੀ ਹੋ ਚਲੇ ਨੇ ਰਿਟਾਇਰਮੈਂਟ ਤੇ ਉਹਨਾਂ ਦੀ ਮੈਂ ਫਾਈਲ ਲਾਣੀ ਸੋ ਉਹਨਾਂ ਦੀ ਪੁਲਿਸ ਕਲੀਅਰੈਂਸ ਆਪਾਂ ਕਰਵਾਣੀ ਪਊਗੀ ਜਾਂ ਨਹੀਂ ਕਰਵਾਣੀ ਪੈਣੀ ਹੈ ਜਿਹੜਾ ਅਲੱਗ-ਅਲੱਗ ਅਰਬਾਨ ਚ ਬਹਿਰੀਨ ਜਾਂ ਅਲੱਗ-ਅਲੱਗ ਕੰਟਰੀ ਚ ਹੋ ਰਹੇ ਨੇ ਕੰਮ ਕਰਦੇ ਰਹੇ ਨੇ ਠੀਕ ਹੈ ਬ੍ਰਦਰ ਥੋੜਾ ਕਲੀਅਰ ਕਰਨਾ ਸੀ ਥੈਂਕ ਯੂ ਜੀ ਠੀਕ ਹੈ ਬਹੁਤ ਮਿਹਰਬਾਨੀ ਬ੍ਰਦਰ ਥੈਂਕ ਯੂ ਸੋ ਮੱਚ ਤੇ ਬਾਕੀ ਮੈਂ ਦੁਬਾਰਾ ਫੇਰ ਦੱਸ ਦਿੰਦਾ ਜੇ ਤੁਹਾਡੇ ਮਨ ਚ ਵੀ ਕੋਈ ਸਵਾਲ ਹੋਵੇ ਤਾਂ ਗੁਰਪ੍ਰੀਤ ਖੈਰਾ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨ ਦੇ ਲਈ 905 670 4444 ਹੁਣ ਔਨਰ ਅਸੀਂ ਹੋਰ ਕਾਲ ਨਹੀਂ ਲਵਾਂਗੇ ਜੀ ਗੁਰਪ੍ਰੀਤ ਜੀ ਆ ਬਿਲਕੁਲ ਜੀ ਸੋ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਪ੍ਰੋਗਰਾਮ ਹੈ ਕੱਲੇ ਸਟੂਡੈਂਟ ਨਹੀਂ ਜੀ ਹਾਂਜੀ ਉਹਦੇ ਚ ਵਰਕਰ ਵੀ ਨੇ ਉਹਦੇ ਚ ਤੁਹਾਡੇ ਵਿਜ਼ਿਟਰਸ ਵੀ ਨੇ ਹਾਂਜੀ ਸੋ ਉੱਥੇ ਕੋਈ ਮੰਡੇਟਰੀ ਨਹੀਂ ਹੈਗਾ ਕਿ ਤੁਹਾਨੂੰ ਪੁਲਿਸ ਕਲੀਅਰੈਂਸ ਤੁਸੀਂ ਦੇਣਾ ਹੈਗਾ ਨਾਲ ਹਾਂਜੀ ਜਿਹੜਾ ਤੁਹਾਡਾ ਐਪਲੀਕੇਸ਼ਨ ਹੈ ਉਹ ਐਪਲੀਕੇਸ਼ਨ 'ਚ ਸਵਾਲ ਹੈ ਉਹ ਸਵਾਲ ਹੈਗਾ ਕਿ ਤੁਸੀਂ ਕਦੇ ਚਾਰਜ ਤਾਂ ਨਹੀਂ ਹੋਈ। ਰਾਈਟ ਕਿਸੇ ਕ੍ਰਾਈਮ ਲਈ ਤੁਹਾਡੀ ਕਦੇ ਕਨਵਿਕਸ਼ਨ ਤਾਂ ਨਹੀਂ ਹੋਈ ਹੈਗੀ? ਇਹ ਸਵਾਲ ਹੈ। ਸੋ ਜੇ ਤੁਸੀਂ ਇਹ ਸਵਾਲ ਦਾ ਜਵਾਬ ਦਿੰਨੇ ਹੋ ਨਹੀਂ ਤਾਂ ਉਥੋਂ ਤੋਂ ਫਿਰ ਪੁਲਿਸ ਕਲੀਅਰੈਂਸ ਨਹੀਂ ਮੰਗਦੇਗੇ। ਹਾਂਜੀ। ਉਹ ਆਫੀਸਰ ਦਾ ਡਿਸਕਰੈਸ਼ਨ ਹੈ। ਉਹ ਤੁਹਾਨੂੰ ਕਹਿ ਸਕਦਾ ਪੁਲਿਸ ਕਲੀਅਰੈਂਸ ਲੈ ਕੇ ਆ। ਓਕੇ। ਆਦਰਵਾਈਜ਼ ਮੰਡਟਰੀ ਰਿਕੁਆਇਰਮੈਂਟ ਨਹੀਂ ਹੈਗਾ। ਬਾਇਓਮੈਟ੍ਰਿਕਸ ਹੈ ਜਿਹੜਾ ਉਹ ਐਕਚੁਅਲੀ ਇਹੀ ਚੀਜ਼ ਨੂੰ ਦੇਖਣ ਨੂੰ ਜੋ ਫਿੰਗਰਪ੍ਰਿੰਟ ਤੁਹਾਨੂੰ ਕਰਦੇ ਨੇ ਉਹ ਇਹੀ ਦੇਖਣ ਨੂੰ ਕਰਦੇ ਨੇ। ਰਾਈਟ ਕੀ ਕੋਈ ਕ੍ਰਿਮੀਨੈਲਿਟੀ ਨਹੀਂ ਨੇ ਪੈਨਾ ਕੈਨੇਡਾ ਚ ਤਾਂ ਨਹੀਂ ਕੁਝ ਕੇਸ ਅਪਲਾਈ ਕਰਿਆ ਜਾਂ ਇਹਦੀ ਕਿਤੇ ਕੋਈ ਵਾਰੰਟ ਤਾਂ ਨਹੀਂ ਇਸ਼ੂ ਹੈ ਉਹ ਦੇਖਣ ਨੂੰ ਹੈ ਪਰ ਜਦੋਂ ਆਪਾਂ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰਦੇ ਹਾਂ ਹਾਂਜੀ ਤਾਂ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ ਉਹ ਮੰਡੇਟਰੀ ਹੈ ਉਹ ਪਾਰਟ ਆਫ ਦਾ ਅਪਲੀਕੇਸ਼ਨ ਰਿਗਾਰਡਲੈਸ ਤੁਸੀਂ ਕਿਤੇ 18 ਮਹੀਨੇ ਰਹੇ ਹੋ ਕਿਤੇ ਘੱਟ ਰਹੇ ਹੋ ਨਹੀਂ 6 6 ਮਹੀਨੇ ਤੋਂ ਬਾਅਦ ਜਿਹੜੇ ਵੀ ਮੁਲਕ ਚ 6 ਮਹੀਨੇ ਤੋਂ ਬਾਅਦ ਰਹੇ ਹੋ 18 ਸਾਲ ਦੀ ਉਮਰ ਤੋਂ ਬਾਅਦ ਓਕੇ ਉੱਥੋਂ ਦਾ ਚਾਹੀਦਾ ਇਹ ਪਰਮਨੈਂਟ ਰੈਜ਼ਿਡੈਂਸ ਜੇ ਤੁਸੀਂ ਅਪਲਾਈ ਕਰ ਰਹੇ ਹੋ ਫਿਰ ਇਹ ਮੰਡੇਟਰੀ ਹੈ ਪਰ ਜਿਹੜੇ ਟੈਂਪਰੇਰੀ ਰੈਜ਼ਿਡੈਂਸ ਨੇ ਉਹ ਆਫੀਸਰ ਦਾ ਡਿਸਕਰੈਸ਼ਨ ਹੈ ਕਿ ਉਹ ਪੁਲਿਸ ਕਲੀਅਰੈਂਸ ਉਹਨਾਂ ਤੋਂ ਲੈ ਸਕਦਾ ਜੇ ਉਹ ਚਾਹੇ ਤਾਂ ਆਦਰਵਾਇਜ਼ ਐਪਲੀਕੇਸ਼ਨ ਦੇ ਵਿੱਚ ਇਹ ਸਵਾਲ ਹੈ ਓਕੇ ਜੀ ਕਿ ਤੁਸੀਂ ਕੋਈ ਤੁਹਾਡੇ ਕਦੇ ਚਾਰਜ ਹੋਏ ਹੋ ਤੁਹਾਡੀ ਕਦੇ ਕਨਵਿਕਸ਼ਨ ਹੋਈ ਹੈ ਇਹ ਕਿਉਂਕਿ ਉਹ ਐਪਲੀਕੇਸ਼ਨ ਦਾ ਜਿਹੜਾ ਦਾਇਰਾ ਹੈ ਉਹ ਵੱਖਰਾ ਹਾਂਜੀ ਜਦੋਂ ਪਰਮਨੈਂਟ ਰੈ residense ਹੈ ਉਹਦਾ ਦਾਇਰਾ ਵੱਖਰਾ ਹੈ ਉਥੇ ਸਕੇਜੂਲ ਏ ਫਾਰਮ ਹੈ ਉਹ ਕੱਲਾ ਇਹ ਨਹੀਂ ਪੁੱਛਦਾ ਉਹ ਚ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਨਾਲ ਤੁਹਾਨੂੰ ਪੁੱਛੇ ਜਾਂਦੇ ਹੈਗੇ ਨੇ ਠੀਕ ਹੈ ਸੋ ਜਿਹੜਾ ਇਹ ਇੱਕ ਪਹਿਲੇ ਸਮੇਂ ਚ ਵੀ ਮੁੱਦਾ ਰਿਹਾ ਹਾਂਜੀ ਵੀ ਕਈ ਇਹੋ ਜਿਹੇ ਲੋਕ ਇਥੇ ਆ ਜਾਂਦੇ ਨੇ ਜਿਨ੍ਹਾਂ ਨੂੰ ਬিনা ਪੁਲਿਸ ਕਲੀਅਰੈਂਸ ਤੋਂ ਪਹੁੰਚ ਜਾਂਦੇ ਨੇ ਸੋ ਇਹ ਲੂਪ ਹੋਲ ਆਲਵੇਜ਼ ਇਜ਼ ਇਸਟਾ ਸਾਡੇ ਦੋਨੋਂ ਕਾਲਰਸ ਦੇ ਜਿਹੜੇ ਸਵਾਲ ਸੀ ਉਹ ਇਹਦੇ ਵਿੱਚ ਹੀ ਹਾਂਜੀ ਦੂਜਾ ਉਹ ਬਿਲਕੁਲ ਦੂਜੇ ਕਾਲਰ ਦਾ ਸਵਾਲ ਹੈ ਉਹ ਜਿਹੜੇ ਜਿਹੜੇ ਮੁਲਕ ਚ ਵੀ 6 ਮਹੀਨੇ ਤੋਂ ਵੱਧ ਰਹੇ ਨੇ 18 ਸਾਲ ਦੀ ਉਮਰ ਤੋਂ ਬਾਅਦ ਹਾਂਜੀ ਪੁਲਿਸ ਕਲੀਅਰੈਂਸ ਚਾਹੀਦਾ ਹੋਊਗਾ ਕਿਉਂਕਿ ਉਹ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਫਾਈਲ ਕਰ ਰਹੇ ਨੇ ਹਿਮੈਨਿਟਰੀਅਨ ਕੰਪੈਸ਼ਨ ਉਹ ਟੈਂਪਰੇਰੀ ਐਪਲੀਕੇਸ਼ਨ ਫਾਈਲ ਨਹੀਂ ਕਰ ਰਹੇ ਹੈਗੇ ਰਾਈਟ ਸੋ ਸੀਡਬਲਿਊਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਹੋਰੀ ਫੋਨ ਨੰਬਰ 90567044490 44 ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਜੀ ਸਰ ਮੈਨੂੰ ਪਤਾ ਸਮਾਂ ਹੁਣ ਸੀਮਤ ਰਹਿ ਗਿਆ ਪਰ ਕੇਅਰ ਗੀਵਰਸ ਨਾਲ ਸੰਬੰਧਿਤ ਇੱਕ ਪ੍ਰੋਗਰਾਮ ਜਿਹੜਾ ਪਹਿਲੀ ਜਨਵਰੀ ਤੋਂ ਸ਼ੁਰੂ ਹੋਇਆ ਹੈ ਕੀ ਅਪਡੇਟਸ ਨੇ ਉਹਦੇ ਬਾਰੇ ਤੇ CWC ਇਮੀਗ੍ਰੇਸ਼ਨ ਕਿਵੇਂ ਹੈਲਪ ਕਰ ਰਹੀ ਹੈ ਬਿਲਕੁਲ ਜੀ ਸੋ ਜਿਹੜਾ ਕੇਅਰ ਗੀਵਰ ਪ੍ਰੋਗਰਾਮ ਹੈ ਉਹ ਤਾਂ ਦੋ ਹਿੱਸੇ ਸੀ ਕਿ ਚਾਈਲਡ ਕੇਅਰ ਲਈ ਹੈ ਜੀ ਚਾਈਲਡ ਕੇਅਰ ਲਈ 2750 ਅਰਜ਼ੀਆਂ ਲੈਣੀ ਹੁੰਦੀਆਂ ਨੇ ਉਹ ਔਰ ਉਦਾਂ ਹੀ ਭਰਗੀਆਂ ਸੀ ਹਾਂਜੀ ਪਰ ਜਿਹੜੀਆਂ ਬਜ਼ੁਰਗਾਂ ਵਾਲੇ ਕੇਸ ਨੇ ਉਹ ਕਦੇ ਵੀ ਨਹੀਂ ਭਰਦੇ ਉਹ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਹੈ ਅੱਜ ਤੱਕ ਵੀ ਨਹੀਂ ਭਰੇ ਉਹ ਹਾਂਜੀ ਉਹਨਾਂ ਦਾ ਕੋਟਾ ਵੀ 2750 ਜੀ ਸੋ ਉਹ ਹਾਲੇ ਵੀ ਖੁੱਲਾ ਹੈਗਾ ਸੋ ਉਹਦੇ ਚ ਜੇ ਕੋਈ ਬਜ਼ੁਰਗ ਹੈ ਉਹਦੀ ਡੈਫੀਨੇਸ਼ਨ ਹੈਗੀ ਉਹ 65 ਸਾਲ ਤੋਂ ਵੱਡਾ ਹੋਣਾ ਚਾਹੀਦਾ ਕੈਨੇਡਾ ਦੇ ਵਿੱਚੋਂ ਤੇ ਦੂਜਾ ਜੇ ਉਹਦਾ ਕੋਈ ਚਾਈਲਡ ਉਸੇ ਲਈ ਕੇਅਰਗਿਵਰ ਹਾਇਰ ਕਰ ਰਿਹਾ ਹੈ ਤਾਂ ਫਿਰ ਉਹਨਾਂ ਦੀ ਇਨਕਮ ਰਿਕੁਆਇਰਮੈਂਟ ਮੀਟ ਕਰਨੀ ਹੈ ਚਾਈਲਡ ਦਾ ਨੋਟਿਸ ਅਸੈਸਮੈਂਟ ਚਾਹੀਦਾ ਜੇ ਬਜ਼ੁਰਗ ਕਿਉਂਕਿ ਉਹਨੂੰ ਪਤਾ 65 ਸਾਲ ਤੋਂ ਵੱਡੇ ਕੰਮ ਨਹੀਂ ਕਰਦੇ ਤਾਂ ਉਹਨਾਂ ਦੇ ਬੈਂਕ ਅਕਾਊਂਟ 'ਚ ਜੇ 60000 ਹੈ ਉਹ ਤਾਂ ਵੀ ਕਰ ਸਕਦੇ ਨੇ ਹਾਂ ਹੁਣ ਤੁਹਾਡਾ ਜੇ ਦੂਜਾ ਸਵਾਲ ਇਹਦੇ ਚ ਆਉਂਦਾ ਸੀ ਕਿ ਜਿਹੜੇ ਇੱਥੇ ਸਟੂਡੈਂਟ ਨੇ ਵਰਕਰਸ ਨੇ ਜੇ ਉਹ ਕੇਅਰ ਗਿਵਰ ਲਈ ਕੁਆਲੀਫਾਈ ਕਰਦੇ ਨੇ ਤਾਂ ਉਹ ਚ ਕੋਈ ਪੁਆਇੰਟ ਸਿਸਟਮ ਵੀ ਹੈ ਨਹੀਂ ਓਕੇ ਉਹ ਤੁਸੀਂ 1 ਸਾਲ ਕੰਮ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਹੋ ਜਾਣੀ ਹੈ अच्छा ये वैसे इस विषय ਨੂੰ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਜੇ ਨੈਕਸਟ ਵੀਕ ਜਦੋਂ ਗੱਲਬਾਤ ਕਰੀਏ ਤਾਂ ਅਸੀਂ ਜਿਹੜੇ ਇੱਥੇ ਆਏ ਹੋਏ ਲੋਕ ਨੇ ਉਹਨਾਂ ਦੇ ਨਾਲ ਇਹ ਕਿਵੇਂ ਕੰਪੈਟੀਬਿਲਟੀ ਬੈਠ ਸਕਦੀ ਇਹਨੂੰ ਥੋੜਾ ਹੋਰ ਐਲੈਬੋਰੇਟ ਕਰੀਏ। ਬਿਲਕੁਲ ਹੁਣ ਕੋਈ ਅਦਰਵਾਈਜ਼ ਪੁਆਇੰਟ ਤੁਹਾਡੇ ਬਣ ਨਹੀਂ ਰਹਾ ਤੁਹਾਡੇ ਉਧਰ ਸਕੋਰ ਨਹੀਂ ਬਿਲਕੁਲ ਕਰ ਰਿਹਾ ਤੇ ਤੁਸੀਂ ਇੱਥੇ ਟੱਕਰਾਂ ਮਾਰੀ ਜਾ ਰਹੇ ਹੋ ਤਾਂ ਕਿਉਂ ਨਹੀਂ ਕੋਈ ਨਾ ਕੋਈ ਇਦਾਂ ਦਾ ਆਪਸ਼ਨ ਹੋਰ ਇੱਕ ਹਾਂ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹੁੰਦਾ ਕੋਈ ਨਰਸਾ ਇੰਡੀਆ ਤੋਂ ਆਏ ਨੇ ਹੋ ਹਾਂਜੀ ਤੇ ਉਹ ਆ ਕੇ ਇੱਥੇ ਪੜ੍ਹਾਈ ਕਰ ਲਈ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਦਾ ਕੰਮ ਕਰ ਰਹੇ ਨੇ ਹਾਂਜੀ ਜੇ ਉਹੀ ਕੰਮ ਕਰਨ ਚਲੇ ਜਾਂਦੇ ਨੇ ਕਿਸੇ ਬਜ਼ੁਰਗ ਦੀ ਕੇਅਰਗੇਵਿੰਗ ਲਈ ਉਹ ਤਾਂ ਰਿਕੁਆਇਰਮੈਂਟ ਪੂਰੀ ਕਰਦੇ ਨੇ ਕੇਅਰਗੇਵਰ ਲਈ ਰਿਕੁਆਇਰਮੈਂਟ ਕੀ ਹੈ ਗ੍ਰੇਡ 12 ਹੋਣੀ ਚਾਹੀਦੀ ਹੈ ਇੱਕ ਸਾਲ ਪੋਸ-ਸੈਕੰਡਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਹ ਤੋਂ ਬਾਅਦ ਤੁਹਾਡੇ ਕੋਲੇ 5 ਪੁਆਇੰਟ ਅੰਗਰੇਜ਼ੀ ਚੋਂ ਚਾਹੀਦੇ ਨੇ ਆਈਐਲਟੀਐਸ ਚੋਂ ਤੇ ਤੁਹਾਨੂੰ ਇੱਕ ਸਾਲ ਦਾ ਐਕਸਪੀਰੀਅੰਸ ਜਾਂ 6 ਮਹੀਨੇ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਜੇ ਨਰਸ ਆਲਰੇਡੀ ਉਹਦੇ ਕੋਲ ਤਾਂ ਟ੍ਰੇਨਿੰਗ ਹੈ ਸੋ ਜੇ ਕੋਈ ਬਜ਼ੁਰਗ ਨੇ ਉਹਨਾਂ ਦਾ ਕੋਈ ਦੋਸਤ ਮਿੱਤਰ ਰਿਸ਼ਤੇਦਾਰੇ تھے ਦਾ ਸਟਡੀ ਪਰਮਿਟ ਤੇ ਜਾਂ ਵਰਕ ਪਰਮਿਟ ਤੇ ਆਇਆ ਹੈ ਤੇ ਉਹਨਾਂ ਕੋਲੇ ਆਲਰੇਡੀ ਇਹ ਰਿਕੁਆਇਰਮੈਂਟਸ ਹੈਗੀਆਂ ਨੇ ਤਾਂ ਉਹੀ ਉਹਨੂੰ ਪਰਮਨੈਂਟ ਕਰਾ ਸਕਦੇ ਨੇ ਉਹਨੂੰ ਕੋਈ 500 ਤੋਤੇ ਸਕੋਰ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਹੈ। ਅੱਛਾ ਕੀ ਇੱਥੇ ਕੋਈ ਵੀ ਹੈ ਕਿ ਤੁਹਾਡਾ ਸਟ੍ਰੀਮ ਜਾਂ ਤੁਹਾਡਾ ਸਬਜੈਕਟ ਜਾਂ ਸਿਲੇਬਸ ਪਹਿਲਾਂ ਕੁਝ ਹੋਰ ਸੀ ਤੇ ਹੁਣ ਤੁਸੀਂ ਜੇ ਇਸ ਪਾਸੇ ਨੂੰ ਆਉਣਾ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਕਿਸੇ ਤਰ੍ਹਾਂ ਕਮਿਊਡੇਟ ਕਰ ਸਕਦੇ ਹੋ। ਬਿਲਕੁਲ ਕੋਈ ਵੀ ਸਟ੍ਰੀਮ ਹੋਵੇ ਜੀ। ਸੋ ਰਿਕੁਆਇਰਮੈਂਟਸ ਕੀ ਨੇ? ਗ੍ਰੇਡ 12 ਇੱਕ ਸਾਲ ਪੋਸਟ ਸੈਕੰਡਰੀ ਐਜੂਕੇਸ਼ਨ ਇਹ ਰਿਕੁਆਇਰਮੈਂਟ ਹੈ। ਓਕੇ। 5 ਬੈਂਡ ਅੰਗਰੇਜ਼ੀ ਚੋ ਰਿਕੁਆਇਰਮੈਂਟ ਹੈ। ਗਾਟ ਇਟ। ਤੀਜੀ ਰਿਕੁਆਇਰਮੈਂਟ ਹੈ ਜਾਂ ਤੁਹਾਡੇ ਕੋ 6 ਮਹੀਨੇ ਦੀ ਟ੍ਰੇਨਿੰਗ ਹੋਵੇ, ਕੇਅਰ ਗਿਵਰਦੀ ਜਾਂ ਇੱਕ ਸਾਲ ਦਾ ਐਕ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਜਿਹੜਾ ਅਸੀਂ ਸਾਰੇ ਜਣੇ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਸ ਕਰ ਹੀ ਬੈਠੇ ਹੋਵਾਂਗੇ ਸੋ ਇਹਨੂੰ ਅਸੀਂ ਅਗਲੀ ਜਿਹੜੀ ਸਾਡੀ ਗੱਲਬਾਤ ਹੋਣੀ ਹੈ ਨੈਕਸਟ ਵੈਲਕਮ ਟੂ ਕੈਨੇਡਾ ਸਾਡਾ ਵੀਰਵਾਰ ਨੂੰ ਸੈਗਮੈਂਟ ਹੋਣਾ ਉਹਦੇ ਨਾਲ ਜ਼ਰੂਰ ਜੁੜਿਓ ਤੇ ਉਸ ਤੋਂ ਪਹਿਲਾਂ ਗੁਰਪ੍ਰੀਤ ਹੋਰਾ ਦੇ ਆਫਿਸ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਗੁਰਪ੍ਰੀਤ ਖੈਰਾ ਹੋਰੀ 905 670 4444 905 670444 ਸਰ ਕੋਸ਼ੋਰ ਕਹਿਣਾ ਹੋਵੇ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ